किसान वीरों, सत श्री अकाल, राम राम, सलाम। झोना भाग भी जिदे विच मैं तुहाडे नाल गल कर रहा है शीथ ब्लाइट दे लई, उल्ली रोग दे लई वीडियो शुरू करन लग्या। दोस्तों, शीथ ब्लाइट एक उल्ली रोग हैगा जिहड़ा कि राइजोकटोनिया सोलानी उल्ली दे द्वारा फैलाया जाता हैगा। इहदे विच सब तो पहला गल करदे हां कि फैलदा कदों है। जदों तापमान 28 तों 32 डिग्री दे विचाले होवे ते नाल ही वातावरण दे विच नमी दी मात्रा, ह्यूमिडिटी मात्रा ज़्यादा होवे, जदों बरसात हो रही हुंदी है तां इहदे फैलण दे जिहड़े हैगे आ काफ़ी ज़्यादा चांसस वध जांदे आ। ਇਹ ਖੇਤਾਂ ਦੇ ਵਿੱਚ ਨਾਈਟ੍ਰੋਜਨ ਮਤਲਬ ਕਿ ਯੂਰੀਆ ਹੱਦ ਤੋਂ ਵੱਧ ਦਿੱਤੀ ਹੈਗੀ ਹੈ। ਜਿਹੜੇ ਖੇਤ 'ਚ ਪਿਛਲੇ ਸਾਲ ਇਹ ਬਿਮਾਰੀ ਸੀਗੀ ਅਤੇ ਉਹਨਾਂ ਖੇਤਾਂ ਦੇ ਕਿਨਾਰਿਆਂ 'ਤੇ ਨਦੀਨ ਖੜ੍ਹੇ ਹੈ ਅਤੇ ਨਾਲੇ ਉਹ ਜਿਹੜਾ ਹੈਗਾ ਬਿਮਾਰੀ ਖੇਤ 'ਚ ਚੋਂਦੀ ਰਹੀ ਤਾਂ ਉਸ ਖੇਤ 'ਚ ਜ਼ਮੀਨ ਰਾਹੀਂ ਵੀ ਇਹ ਜਿਹੜਾ ਹੈਗਾ ਫੈਲ ਜਾਂਦਾ ਹੈ। ਜਾਂ ਇੱਕ ਖੇਤ ਦੇ ਵਿੱਚ ਜਿਹ 'ਚ ਬਿਮਾਰੀ ਹੈਗੀ ਹੈ ਉਹਦੇ ਵਿੱਚ ਸਕਲੋਰੋਟੀਆ ਜੋ ਜਾਂ ਦੇ ਬੱਚੇ ਜਿਹੜੇ ਹੈਗੇ ਆ ਪਾਣੀ ਰਾਹੀਂ ਤੈਰ ਕੇ ਦੂਜੇ ਖੇਤ ਦੇ ਵਿੱਚ ਵੀ ਚਲੇ ਜਾਂਦੇ ਹੈ। ਜਿੱਥੇ ਝੋਨਾ ਬਾਹਲਾ ਜਿਹੜਾ ਸੰਘਣਾ ਲਾਇਆ ਹੈ ਉੱਥੇ ਤਾਂ ਬਿਮਾਰੀ ਆਉਣੀ ਹੀ ਆਉਣੀ ਹੈ। ਛੋਟੇ ਸ਼ਬਦਾਂ 'ਚ ਕਹਾਂ ਕਿ ਜਿੱਥੇ ਖੇਤ ਦੇ ਵਿੱਚ ਹਵਾ ਦਾ ਸੰਚਾਰ ਸਹੀ ਨਹੀਂ ਹੁੰਦਾ ਉੱਥੇ ਬਿਮਾਰੀ ਆਵੇਗੀ ਆਵੇਗੀ। ਅਤੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਬੜਾ ਅਨੁਕੂਲ ਹੈ ਇਸ ਉੱਲੀ ਦੇ ਵਧਣ ਵਾਸਤੇ, ਸਾਰੇ ਹਾਲਾਤ ਇਹਦੇ ਅਨੁਕੂਲ ਹੈ ਤਾਂ ਇਹਦਾ ਅਟੈਕ ਆਉਣ ਵਾਲੇ ਦਿਨਾਂ ਦੇ ਵਿੱਚ ਵਧਣ ਦੀ ਸੰਭਾਵਨਾ ਹੈਗੀ ਹੈ। ਨਿਸ਼ਾਨੀਆਂ, ਸਭ ਤੋਂ ਪਹਿਲਾਂ ਹੇਠਲੇ ਪਾਸੇ ਪੱਤੇ ਜੇ ਗਲਣ ਲੱਗ ਪੈਂਦੇ ਹੈ, ਪੱਤਿਆਂ ਦੇ ਉੱਤੇ ਨਿੱਕੀ ਨਿੱਕੀ ਚਿੱਟੇ ਰੰਗ ਦੀ ਉੱਲੀ ਜੀ ਬਾਨੀ ਸ਼ੁਰੂ ਹੁੰਦੀ ਹੈ ਜਿਹਨੂੰ ਅਸੀਂ ਸਕਲੋਰੋਟੀਆ ਕਹਿੰਦੇ ਹਾਂ, ਜਿਹੜੀ ਕਿ ਪਾਣੀ ਦੇ ਵਿੱਚ ਫਲੋਟ ਵੀ ਕਰਦੀ ਹੈ। ਸਭ ਤੋਂ ਪਹਿਲਾਂ ਬਿਲਕੁਲ ਪਾਣੀ ਦੀ ਸਤ੍ਹਾ ਦੇ ਉੱਪਰਲੇ ਪਾਸੇ ਸਲੇਟੀ ਰੰਗ ਦੇ 1 ਤੋਂ 3 ਸੈਂਟੀਮੀਟਰ ਲੰਬੇ ਲਾਈਨਾਂ ਜੀਆਂ ਬਣਦੀਆਂ ਕਿ ਗ੍ਰੀਨਿਸ਼ ਬਰਾਊਨ ਹੁੰਦੀਆਂ, ਜਾਂ ਆਪਾਂ ਵਿੱਚੋਂ ਭਾਅ ਮਾਰਦੀ ਹੈ ਸਲੇਟੀ ਰੰਗ ਦੀ ਭਾਅ, ਪਾਣੀ ਭਿੱਜੇ ਜਿਹੜੇ ਧੱਬੇ ਕਿਨਾਰੇ ਇਹਨਾਂ ਦੇ ਭੂਰੇ ਹੁੰਦੇ ਆ, ਵਿਚਾਲਿਓਂ ਸਲੇਟੀ ਰੰਗ ਦੇ ਹੁੰਦੇ ਆ। ਤਾਂ ਇਹ ਜਿਹੜੇ ਹੈਗੇ ਆ ਇੱਕ ਦੂਜੇ ਦੇ ਨਾਲ ਅਲੱਗ ਅਲੱਗ ਧੱਬੇ ਪਏ ਆ, ਹੌਲੀ ਹੌਲੀ ਇੱਕ ਦੂਜੇ ਦੇ ਨਾਲ ਮਿਲਣਾ ਸ਼ੁਰੂ ਹੁੰਦੇ ਆ। ਅਤੇ ਸ਼ੁਰੂ ਦੇ ਵਿੱਚ ਇਹ ਸਾਰੀ ਸ਼ੀਥ ਦੇ ਉੱਪਰ ਫੈਲਦੇ ਆ, ਸ਼ੀਥ ਤੋਂ ਬਾਅਦ ਦੇ ਵਿੱਚ ਪੱਤੇ ਦੇ ਉੱਪਰ ਜਾਂਦੇ ਆ, ਅਤੇ ਨਾਲ ਦੇ ਜਿਹੜੇ ਹੋਰ ਟਿਲਰਸ ਹੈਗੇ ਆ, ਹੋਰ ਬੂਟੇ ਹੈਗੇ ਆ, ਇਹ ਉਹਨਾਂ ਵੱਲ ਨੂੰ ਵੀ ਜਾਣਾ ਸ਼ੁਰੂ ਕਰ ਦਿੰਦੇ ਆ। ਜਿਵੇਂ ਕਿ ਹੁਣ ਮੌਸਮ ਅਨੁਕੂਲ ਹੈ, ਤੇਰੇ ਜੇ ਸਕਲਰੋਟੀਆ ਹੈਗੇ ਆ 1 ਸਕੁਅਰ ਮੀਟਰ ਦੇ ਵਿੱਚ 2 ਮਿਲੀਅਨ ਤੱਕ ਇਹਦੇ ਬੱਚੇ ਜਿਨ੍ਹਾਂ ਤੋਂ ਅੱਗੇ ਫੈਲਣਾ ਉਹ ਪਾਏ ਜਾਂਦੇ ਆ। ਅਤੇ ਜ਼ਿਆਦਾਤਰ ਜਦੋਂ ਅਸੀਂ ਇੱਕ ਖੇਤ 'ਚੋਂ ਦੂਜੇ ਖੇਤ 'ਚ ਪਾਣੀ ਲਾਉਂਦੇ ਹਾਂ ਤਾਂ ਬਿਮਾਰੀ ਵਾਲੇ ਖੇਤ ਦੇ ਵਿੱਚ ਇੱਕ ਖੇਤ 'ਚੋਂ ਦੂਜੇ ਖੇਤ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਾਂਦੇ ਆ ਅਤੇ ਉਸ ਖੇਤ ਨੂੰ ਵੀ ਨੁਕਸਾਨ ਕਰਦੇ ਆ। ਜੇਕਰ ਅਸੀਂ ਇਹਦੇ ਨੁਕਸਾਨ ਦੀ ਗੱਲ ਕਰੀਏ ਤਾਂ ਜਪਾਨ ਦੇ ਵਿੱਚ 20 ਤੋਂ 25% ਤੱਕ ਨੁਕਸਾਨ ਕਰਦਾ ਹੈ, ਅਮੈਰੀਕਾ ਦੇ ਵਿੱਚ ਤਾਂ ਬਹੁਤ ਵੱਡੀ ਮੁਸੀਬਤ ਹੈ 50% ਤੱਕ ਨੁਕਸਾਨ ਕਰ ਦਿੰਦਾ ਹੈ। ਤਾਂ ਸਾਡੇ ਵੀ ਇੱਥੇ ਜਿਹੜਾ ਹੈਗਾ 25 ਤੋਂ 30% ਤੱਕ ਨੁਕਸਾਨ ਜਿਹੜਾ ਹੈਗਾ ਇਸ ਬਿਮਾਰੀ ਦੇ ਨਾਲ ਝੋਨੇ ਦਾ ਹੋ ਜਾਂਦਾ ਹੈ। ਇਹ ਇਕੱਲੀ ਨਹੀਂ ਆਉਂਦੀ, ਇਹਦੇ ਨਾਲ ਹੋਰ ਬਿਮਾਰੀਆਂ ਵੀ ਨਾਲ ਆਉਂਦੀਆਂ ਕਿਉਂਕਿ ਪੱਤਾ ਬੂਟਾ ਕਮਜ਼ੋਰ ਹੋ ਜਾਂਦਾ, ਉਸ ਤੋਂ ਬਾਅਦ ਦੇ ਵਿੱਚ ਕਾਫੀ ਬਿਮਾਰੀਆਂ ਲੱਗ ਜਾਂਦੀਆਂ। ਹੁਣ ਗੱਲ ਕਰਦੇ ਹਾਂ ਕਿ ਇਹਨੂੰ ਕੰਟਰੋਲ ਕਿਵੇਂ ਕਰਨਾ ਹੈ। ਪਹਿਲੀ ਗੱਲ ਤਾਂ ਝੋਨਾ ਸੰਘਣਾ ਨਾ ਲਵਾਓ। ਮੈਂ ਬਹੁਤੇ ਕਿਸਾਨਾਂ ਦੇ ਦੇਖਿਆ ਕਿ ਝੋਨਾ ਲਾਉਣ ਤੋਂ ਬਾਅਦ 2-4 ਗੁੱਟੀਆਂ ਉੱਥੇ ਹੀ ਪਈਆਂ ਹੁੰਦੀਆਂ ਜਿੱਥੋਂ ਕਿ ਬਿਮਾਰੀ ਸ਼ੁਰੂ ਹੋ ਕੇ ਸਾਰੇ ਖੇਤ 'ਚ ਫੈਲ ਜਾਂਦੀ ਹੈ। ਝੋਨਾ ਗੋਭ ਭਰਨ ਤੋਂ ਪਹਿਲਾਂ ਪਾਣੀ ਨੂੰ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਖੇਤ ਨੂੰ ਹਵਾ ਲਵਾ ਕੇ ਪਾਣੀ ਲਗਾਓ। ਜੇ ਹੋ ਸਕੇ ਤਾਂ ਇੱਕ ਅੱਧੀ ਵਾਰੀ ਖੇਤ ਚਿੱਟਾ ਵੀ ਕਰ ਲਓ ਜਿੱਥੇ ਤੀੜਾਂ ਨਹੀਂ ਪੜਦੀਆਂ। ਲੇਕਿਨ ਜਦੋਂ ਗੋਭ ਭਰਨੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ 'ਚ ਖੇਤ ਨੂੰ ਚਿੱਟਾ ਨਹੀਂ ਕਰਨਾ, ਹਵਾ ਲਵਾ ਸਕਦੇ ਹਾਂ। ਨਾਈਟ੍ਰੋਜਨ ਯੂਰੀਆ ਘੱਟ ਪਾਓ। ਆ ਜਿਹੜੀਆਂ ਫਾਲਤੂ ਦੀਆਂ ਚੀਜ਼ਾਂ ਪਾ ਕੇ ਆਪਾਂ ਡੁਪਲੀਕੇਟ ਫੋਡ ਕਰਾਉਂਦੇ ਹਾਂ ਉਹਨਾਂ ਤੋਂ ਥੋੜ੍ਹਾ ਜਿਹਾ ਬਾ ਜਾਵੋ, ਅਤੇ ਨਾਲ ਹੀ ਜਿਹੜੇ ਖੇਤ 'ਚ ਬਿਮਾਰੀ ਹੈ ਉਸ ਖੇਤ ਦੇ ਵਿੱਚੋਂ ਦੂਸਰੇ ਖੇਤ ਦੇ ਵਿੱਚ ਪਾਣੀ ਨਾ ਜਾਣ ਦਿਓ। ਇੱਕ ਚੀਜ਼ ਦਾ ਧਿਆਨ ਰੱਖਣਾ, ਜਦੋਂ ਝੋਨਾ ਗੋਭ ਭਰਨ ਲੱਗ ਪਿਆ ਹੈ ਉਸ ਟਾਈਮ ਖੇਤ ਨੂੰ ਚਿੱਟਾ ਨਹੀਂ ਕਰਨਾ, ਉਸ ਟਾਈਮ ਹਵਾ ਲਵਾ ਕੇ ਪਾਣੀ ਲਗਾਉਣੀ ਹੈ।
ਦੋਸਤੋ ਇਸ ਦੇ ਲਈ ਅਸੀਂ ਕੁਝ ਫਫੂੰਦੀ ਨਾਸ਼ਕ ਜਾਂ ਉੱਲੀ ਨਾਸ਼ਕ ਜ਼ਹਿਰਾਂ ਦਾ ਸਪਰੇਅ ਵੀ ਕਰਦੇ ਹਾਂ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਮੈਂ ਸਟੇਜ 'ਤੇ ਪਹਿਲਾਂ NPK 0 52 34 ਦਾ ਸਪਰੇਅ ਕਰਵਾ ਰਿਹਾ ਸੀਗਾ, ਉਹਦੇ ਨਾਲ ਵੀ ਬੂਟਿਆਂ ਦੇ ਵਿੱਚ ਬਿਮਾਰੀ ਨਾਲ ਲੜਨ ਦੀ ਤਾਕਤ ਆਉਂਦੀ ਹੈ। ਜਿਹੜੇ ਅਸੀਂ ਇੱਥੇ ਜ਼ਹਿਰ ਛਿੜਕਣੇ ਹੈਗੇ ਹੈ ਉਹਦੇ ਵਿੱਚ ਇਹ ਪਹਿਲਾ ਐਂਟੀਬਾਇਓਟਿਕ ਹੈ ਵੈਲਡਾਮਾਈਸਿਨ, ਜਿਹੜਾ ਕਿ 500 ml ਪਰ ਏਕੜ ਅਸੀਂ ਸਪਰੇਅ ਕਰਦੇ ਹਾਂ। ਦੂਸਰਾ ਰਿਜ਼ਲਟ ਵਧੀਆ ਆਉਂਦੇ ਆ ਹੈਗਜ਼ਾਕੋਨਾਜ਼ੋਲ, ਜਿਹੜਾ ਕਿ 400 ml ਪਰ ਏਕੜ ਅਸੀਂ ਇਸਤੇਮਾਲ ਕਰਦੇ ਹਾਂ। ਇੱਕ ਥਾਈ ਫਿਊਜ਼ਾਮਾਈਡ 24 SC ਆਉਂਦਾ, ਜਿਹੜਾ ਕਿ 150 ml ਦੀ ਅਸੀਂ ਸਪਰੇਅ ਕਰੀਏ ਤਾਂ ਉਹ ਵੀ ਖੇਤ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ। ਪ੍ਰੋਪੀਕੋਨਾਜ਼ੋਲ 200 ml ਖੇਤ ਦੇ ਵਿੱਚ ਸਪਰੇਅ ਕਰਕੇ ਉਹਦੇ ਨਾਲ ਵੀ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਇਹ ਪੁਰਾਣੀਆਂ ਦਵਾਈਆਂ ਸਸਤੀਆਂ ਅਤੇ ਟਿਕਾਊ ਇਹਨਾਂ ਦੇ ਇਹ ਵਧੀਆ ਹੈਗੀਆਂ, ਪਰੰਤੂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਦੋ ਮਿਕਸਚਰ ਹੋਰ ਵੀ ਆ ਰਹੇ ਆ, ਇੱਕ ਕੈਪਟਨ ਪਲੱਸ ਹੈਗਜ਼ਾਕੋਨਾਜ਼ੋਲ ਜਿਹੜਾ ਕਿ 400 ਗ੍ਰਾਮ ਦਾ ਪਾਊਡਰ ਅਸੀਂ ਕਿੱਲੇ ਦੇ ਵਿੱਚ ਪਾ ਕੇ ਇਹਨੂੰ ਰੋਕ ਸਕਦੇ ਹਾਂ। ਜਨੇਬ ਪਲੱਸ ਹੈਗਜ਼ਾਕੋਨਾਜ਼ੋਲ ਹੈ, ਇਹਦਾ ਅਸੀਂ ਸਪਰੇਅ ਕਰ ਸਕਦੇ ਹਾਂ। ਅਤੇ ਅਗਲੀ ਵੀਡੀਓ ਜਿਹੜੀ ਆਏਗੀ ਉਹਦੇ ਵਿੱਚ ਮੈਂ ਤੁਹਾਡੇ ਨਾਲ ਦੱਸਾਂਗਾ ਕਿ ਇਹ ਮੈਂ ਕਿਉਂ ਰਿਕਮੈਂਡ ਕੀਤੀਆਂ ਹੈਗੀਆਂ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਜ਼ਾ ਦੇ ਨਾਲ ਜਿਹੜੇ ਮਿਕਸਚਰ ਪਾਏ ਗਏ ਆ ਬਰੋਡ ਸਪੈਕਟ੍ਰਮ ਹੈ, ਨਾਲ ਕੰਟੈਕਟ ਹੈ, ਕਿਉਂਕਿ ਇਸ ਸਮੇਂ ਤੁਹਾਡੇ ਖੇਤ ਦੇ ਵਿੱਚ ਇਕੱਲੀ ਸ਼ੀਥ ਬਲਾਈਟ ਹੀ ਨਹੀਂ, ਸ਼ੀਥ ਰੋਟ ਵੀ ਆਉਣੀ ਹੈ ਜਿਹਦੀ ਮੈਂ ਅਗਲੀ ਵੀਡੀਓ 'ਚ ਗੱਲ ਕਰਾਂਗਾ, ਤਾਂ ਹੋਰ ਵੀ ਕਈ ਜਿਹੜੀਆਂ ਹੈਗੀਆਂ ਉੱਲੀ ਵਾਲੀਆਂ ਬਿਮਾਰੀਆਂ ਆਉਣੀਆਂ ਜਿਹਨੂੰ ਕਿ ਬਰੋਡ ਸਪੈਕਟ੍ਰਮ ਜਿਹੜੇ ਉੱਲੀ ਨਾਸ਼ਕ ਹੈਗੇ ਆ ਇਹ ਚੰਗੇ ਤਰੀਕੇ ਦੇ ਨਾਲ ਕੰਟਰੋਲ ਕਰ ਲੈਂਦੇ ਆ। ਕੈਪਟਨ ਪਲੱਸ ਹੈਗਜ਼ਾਕੋਨਾਜ਼ੋਲ, ਜਨੇਬ ਪਲੱਸ ਹੈਗਜ਼ਾਕੋਨਾਜ਼ੋਲ, ਬਹੁਤ ਸੋਹਣੇ ਰਿਜ਼ਲਟ ਇਹਨਾਂ ਦੇ। ਅਤੇ ਇੱਕ ਇਹਦੇ ਬਾਰੇ ਮੈਂ ਤੁਹਾਡੇ ਨਾਲ ਕੁਛ ਰਿਸਰਚ ਦੀ ਗੱਲ ਕਰਦਾ ਕਿ ਕੁਛ ਰਿਸਰਚ ਹੋਈ ਹੈ ਜਿਹੜੀ ਕਿ ਥੋੜ੍ਹੀ ਪੁਰਾਣੀ ਜ਼ਰੂਰ ਹੈ, ਤਾਂ ਉਹਦੇ ਵਿੱਚ ਦੱਸਿਆ ਗਿਆ ਹੈ। 4 July 2017 ਨੂੰ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਹੋਰਟੀਕਲਚਰ ਸਾਇੰਸ ਕਰਨਾਟਕਾ ਦੇ ਵਿੱਚ ਵੱਖ ਵੱਖ ਦਵਾਈਆਂ ਦਾ ਟ੍ਰਾਇਲ ਲਗਾਇਆ ਗਿਆ, ਜਿਹਦੇ ਵਿੱਚ ਸਭ ਤੋਂ ਵੱਧ ਕੰਟਰੋਲ ਹੈਗਜ਼ਾਕੋਨਾਜ਼ੋਲ ਨੇ ਕੀਤਾ ਸ਼ੀਥ ਬਲਾਈਟ ਨੂੰ, ਨੰਬਰ 2 'ਤੇ ਪ੍ਰੋਪੀਕੋਨਾਜ਼ੋਲ, ਅਤੇ ਇੱਕ ਜਿਹੜਾ ਕਿ ਅਸੀਂ 12-3 ਵਰਤਦੇ ਹਾਂ ਕਾਰਬਨਡਿਜ਼ਮ 12% ਅਤੇ ਮੈਨਕੋਜ਼ੇਬ 63%, ਇਸ ਦਾ ਵੀ ਕੰਟਰੋਲ ਅਤੇ ਪ੍ਰੋਪੀਕੋਨਾਜ਼ੋਲ ਦਾ ਬਰਾਬਰ ਰਿਹਾ, ਅਤੇ ਨੰਬਰ 1 'ਤੇ ਇਹਨਾਂ ਦੇ ਅਨੁਸਾਰ ਹੈਗਜ਼ਾਕੋਨਾਜ਼ੋਲ ਦਾ ਕੰਟਰੋਲ ਰਿਹਾ। ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਕੁਝ ਇਹੋ ਜਿਹੀਆਂ ਦਵਾਈਆਂ ਆ ਰਹੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਕੋਸਟਲੀ ਪੈਂਦੀਆਂ, ਮਹਿੰਗੀਆਂ ਪੈਂਦੀਆਂ, ਕਿਸਾਨ ਵੀਰਾਂ ਦਾ ਰੁਝਾਨ ਉਹਨਾਂ ਦਵਾਈਆਂ ਵੱਲ ਵੀ ਹੈਗਾ ਹੈ। ਤਾਂ ਮੈਂ ਕਾਫ਼ੀ ਖੋਜਬੀਨ ਕੀਤੀ ਲੇਕਿਨ ਮੈਨੂੰ ਕੋਈ ਇਹੋ ਜਿਹਾ ਰਿਸਰਚ ਪੇਪਰ ਨਹੀਂ ਮਿਲਿਆ ਕਿ ਮੈਂ ਉਹਨਾਂ ਦੀ ਕੰਪੈਰੇਟਿਵ ਸਟੱਡੀ ਤੁਹਾਨੂੰ ਦੱਸ ਸਕਾਂ। ਬਹੁਤੀਆਂ ਦਵਾਈਆਂ ਜਿਹੜੀਆਂ ਹੈਗੀਆਂ ਸ਼ੀਥ ਬਲਾਈਟ ਵਾਸਤੇ ਹੈਗੀਆਂ, ਸ਼ੀਥ ਬਲਾਈਟ ਨੂੰ ਕੰਟਰੋਲ ਵੀ ਵਧੀਆ ਕਰਦੀਆਂ, ਬੜੇ ਲੰਮੇ ਟਾਈਮ ਤੱਕ ਕੰਟਰੋਲ ਕਰਦੀਆਂ। ਕਈਆਂ ਦਵਾਈਆਂ ਦੇ ਵਿੱਚ ਇਹ ਕਮੀ ਹੈਗੀ ਹੈ ਕਿ ਕੇਵਲ ਉਹ ਸ਼ੀਥ ਬਲਾਈਟ ਨੂੰ ਕੰਟਰੋਲ ਕਰਦੀਆਂ ਜਦੋਂ ਕਿ ਬਾਕੀ ਜਿਹੜੇ ਹੈਗੇ ਉਹ ਨਹੀਂ ਕਰਦੀਆਂ। ਸਸਤੇ ਅਤੇ ਟਿਕਾਊ ਜੋ ਮੈਂ ਤੁਹਾਨੂੰ ਪਹਿਲਾਂ ਦੱਸੇ ਹੈਗੇ ਆ ਉਹ ਬਹੁਤ ਵਧੀਆ ਹੈ, ਅਤੇ ਜੋ ਬਾਜ਼ਾਰ ਦੇ ਵਿੱਚ ਇਸ ਸਮੇਂ ਸਾਲਟ ਚੱਲ ਰਹੇ ਹੈ ਉਹਨਾਂ 'ਚੋਂ ਤੁਸੀਂ ਆਪਣੇ ਖੇਤ ਦੇ ਵਿੱਚ ਕੋਈ ਵੀ ਟਰਾਈ ਕਰਨਾ ਚਾਹੋ, ਜਿਸ ਤਰ੍ਹਾਂ ਕਿ ਜੋਕਸੀ ਸਟ੍ਰੋਬਿਨ ਅੱਜ ਕੱਲ੍ਹ ਕਾਫ਼ੀ ਵਧੀਆ ਜਿਹੜਾ ਹੈਗਾ ਰਿਜ਼ਲਟ ਦੇ ਰਿਹਾ, ਟੈਬੂਕੋਨਾਜ਼ੋਲ ਦੇ ਰਿਜ਼ਲਟ ਬਹੁਤ ਵਧੀਆ ਹੈਗੇ ਹੈ। ਟੈਬੂਕੋਨਾਜ਼ੋਲ ਜੋਕਸੀ ਸਟ੍ਰੋਬਿਨ ਦਾ ਆਪਾਂ ਨੂੰ ਮਿਕਸਚਰ ਬਾਜ਼ਾਰ ਦੇ ਵਿੱਚ ਮਿਲ ਰਿਹਾ, ਜੋਕਸੀ ਸਟ੍ਰੋਬਿਨ ਡਾਈਫੈਨੋਕੋਨਾਜ਼ੋਲ ਇਹਨਾਂ ਦਾ ਬਾਜ਼ਾਰ, ਨਵਾਂ ਸਾਲਟ ਹੈ ਪੈਕੋਕਸੀ ਸਟ੍ਰੋਬਿਨ, ਬਹੁਤ ਸੋਹਣੇ ਰਿਜ਼ਲਟ ਹੈਗੇ ਹੈ। ਪੈਕੋਕਸੀ ਸਟ੍ਰੋਬਿਨ ਅਤੇ ਪ੍ਰੋਪੀਕੋਨਾਜ਼ੋਲ ਦਾ ਮਿਕਸਰ ਵੀ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲ ਰਿਹਾ। ਕੁਛ ਕੰਪਨੀਆਂ ਜਿਹੜੀਆਂ ਹੈਗੀਆਂ ਪ੍ਰੋਪੀਕੋਨਾਜ਼ੋਲ ਨਾਲ ਡਾਈਫੈਨੋਕੋਨਾਜ਼ੋਲ ਵੀ ਦੇ ਰਹੀਆਂ ਹੈਗੀਆਂ। ਥਾਈ ਫਲੂਜ਼ਾਮਾਈਡ ਜਿਹੜਾ ਹੈਗਾ ਬਾਜ਼ਾਰ ਦੇ ਵਿੱਚ ਮਿਲ ਰਿਹਾ ਹੈਗਾ, ਬਲਕਿ ਕਾਫ਼ੀ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਬੜੇ ਸੋਹਣੇ ਪ੍ਰੋਡਕਟ, ਬੜੇ ਵਧੀਆ ਪ੍ਰੋਡਕਟ ਦੇ ਰਹੀਆਂ, ਜਿਨ੍ਹਾਂ ਦੇ ਕਿ ਵੱਖ ਵੱਖ ਬਿਮਾਰੀਆਂ 'ਤੇ ਕੰਟਰੋਲ ਵੀ ਬਹੁਤ ਵਧੀਆ ਹੈਗਾ, ਥੋੜ੍ਹੀਆਂ ਕੋਸਟਲੀ ਪੈਂਦੀਆਂ। ਅਤੇ ਲੇਕਿਨ ਜੋ ਮੇਰਾ ਨਿੱਜੀ ਤਜਰਬਾ ਹੈਗਾ, ਨਿੱਜੀ ਤਜਰਬਾ ਜਿਹੜਾ ਮੈਂ ਤੁਹਾਨੂੰ ਕੋਈ ਰਿਕਮੈਂਡੇਸ਼ਨ ਨਹੀਂ ਕਰ ਰਿਹਾ, ਮੈਂ ਆਪਣਾ ਨਿੱਜੀ ਤਜਰਬਾ ਦੱਸ ਰਿਹਾ, ਤਾਂ ਜਿਹੜੀਆਂ ਦਵਾਈਆਂ ਦੇ ਮੈਂ ਪਹਿਲਾਂ ਨਾਮ ਲਏ ਆ, ਹੈਗਜ਼ਾਕੋਨਾਜ਼ੋਲ ਹੈ, ਆਪਣਾ 12-3 ਹੈਗੀ ਹੈ, ਵੈਲਡਾਮਾਈਸਿਨ ਹੈ, ਜਾਂ ਤੁਹਾਡਾ ਜਨੇਬ ਪਲੱਸ ਹੈਗਜ਼ਾਕੋਨਾਜ਼ੋਲ ਹੈ, ਜਾਂ ਹੈਗਜ਼ਾਕੋਨਾਜ਼ੋਲ ਪਲੱਸ ਕੈਪਟਨ ਹੈ, ਇਹ ਦਵਾਈਆਂ ਸਸਤੀਆਂ ਹੈ ਅਤੇ ਬਹੁਤ ਸੋਹਣੇ ਰਿਜ਼ਲਟ ਵੀ ਆ ਰਹੇ ਹੈ, ਇਹਨਾਂ ਨੂੰ ਟਰਾਈ ਕਰ ਸਕਦੇ ਹੋ ਤੁਸੀਂ।
ਬਾਕੀ ਤੁਸੀਂ ਆਪਣੇ ਏਰੀਏ ਦੇ ਹਿਸਾਬ ਦੇ ਨਾਲ ਖੇਤੀ ਮਾਹਰਾਂ ਦੇ ਨਾਲ ਗੱਲ ਕਰਕੇ ਜੋ ਵੀ ਤੁਹਾਡੇ ਏਰੀਆ ਵਾਸਤੇ ਬੈਸਟ ਦਵਾਈ ਹੈਗੀ ਹੈ ਉਸ ਦਾ ਤੁਸੀਂ ਇਸਤੇਮਾਲ ਕਰੋ ਤਾਂ ਕਿ ਤੁਹਾਨੂੰ ਵਧੀਆ ਰਿਜ਼ਲਟ ਮਿਲ ਸਕਣ। ਲੇਕਿਨ ਫਿਰ ਕਹਿੰਦਾ ਕਿ ਇਸ ਬਿਮਾਰੀ ਦਾ ਕੰਟਰੋਲ ਇੱਕੋ ਹੀ ਹੈ ਕਿ ਪਾਣੀ ਹਵਾ ਲਵਾ ਕੇ ਲਾਓ, ਨਾਈਟ੍ਰੋਜਨ ਘੱਟ ਰੱਖੋ ਅਤੇ ਨਾਲ ਹੀ ਜਿਹੜਾ ਹੈਗਾ ਜਦੋਂ ਸ਼ੁਰੂ 'ਚ ਬੂਟੇ ਲਾਉਣੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਸਪੇਸ ਰੱਖੋ, ਬਾਹਰੇ ਸੰਘਣੇ ਨਾ ਰੱਖੋ। ਜੇ ਹੁਣ ਵੀ ਖੇਤ ਦੇ ਵਿੱਚ ਕਿਤੇ ਗੁੱਟੀਆਂ ਪਈਆਂ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਚੁੱਕ ਕੇ ਬਾਹਰ ਸੁੱਟ ਦਿਓ। ਬਿਮਾਰੀ ਵਾਲੇ ਖੇਤ ਦੇ ਵਿੱਚੋਂ ਪਾਣੀ ਦੂਜੇ ਖੇਤ ਦੇ ਵਿੱਚ ਨਹੀਂ ਜਾਣਾ ਚਾਹੀਦਾ। ਦੋਸਤੋ ਧੰਨਵਾਦ ਜੀ, ਮਿਹਰਬਾਨੀ।